ਬਾਈ ਰਾਜੂ ਬੈਠੇ ਆ ਰਾਜੂ ਬਾਈ ਪਿੱਛੇ ਲੰਘੀ ਚੱਲੋ ਹੌਲੀ ਹੌਲੀ ਚਲੋ ਬਾਈ ਚਲੋ ਮੁਣ ਪਾ ਕੇ ਪਿੱਛੇ ਹੋ ਜਾਓ ਚਲੋ ਬਾਈ ਚਲੋ ਪਿੱਛੇ ਨੂੰ ਹੋਈ ਚਲੋ ਸਾਰੇ ਹੈਪੀ ਕਿੱਥੇ ਆ ਆ ਗਿਆ ਜੀ ਆ ਗਿਆ ਚਲੋ ਚਲੋ ਲਓ ਦੇ ਦੇ ਵਾ ਚੱਲੀ ਜਿੰਦਾਬਾਦ ਪਾਸੇ ਹੋਇਆ ਭਰਾਵਾ ਜਿੰਦਾਬਾਦ ਤੋਂ ਦੇਖਦਾ ਬੱਚੇ ਨੇ ਹਾਂਜੀ ਹੋਰ ਰਹਿ ਗਿਆ ਕੋਈ ਮੁਬਾਰਕਾਂ ਆਏ ਜੇ ਕਰ ਲਓ ਸਾਡਾ ਪ੍ਰਧਾਨ ਪਿੰਡਾ ਪ੍ਰਧਾਨ ਸਾਡਾ ਪ੍ਰਧਾਨ ਜਿੰਦਾਬਾਦ ਓਕੇ ਜੀ ਧੰਨਵਾਦ ਤੇਰੀ ਡਿਬੇਟ ਪਾਉਣਾ ਇੱਧਰ ਤੂੰ ਨਜਾਇਜ਼ ਤੁਹਾਨੂੰ ਪ੍ਰਧਾਨ ਬਣਾਇਆ ਗਿਆ ਕੀ ਮਹਿਸੂਸ ਕਰਦੇ ਹੋ ਤੁਸੀਂ ਮਾਂ ਜੀ ਜਿਹੜੀ ਭਰਾਵਾਂ ਨੇ ਜ਼ਿੰਮੇਵਾਰੀ ਦਿੱਤੀ ਆ ਉਹ ਨਿਭਾਵਾਂਗੇ ਇਮਾਨਦਾਰੀ ਨਾਲ ਅਤੇ ਕੀ ਮੁਸ਼ਕਲਾਂ ਤੁਹਾਨੂੰ ਆ ਰਹੀਆਂ ਨੇ ਮੁਸ਼ਕਲਾਂ ਜੀ ਉਹ ਵੀ ਤੇਲ ਦੇ ਰੇਟ ਵਧੀ ਜਾਂਦੇ ਆ ਖਰਚੇ ਗੱਡੀਆਂ ਦੇ ਵਧੀ ਜਾਂਦੇ ਆ ਕਿਰਾਏ ਪੂਰੇ ਮਿਲਦੇ ਨਹੀਂ ਟੈਕਸੀ ਧੰਦਾ ਖਤਮ ਹੋਣ 'ਤੇ ਹੋਇਆ ਪਿਆ ਕੀ ਮੰਗ ਕਰਦੇ ਹੋ ਸਰਕਾਰ ਤੋਂ ਸਰਕਾਰ ਤੋਂ ਇਹੀ ਮੰਗ ਕਰਾਂਗੇ ਜੀ ਕਿ ਸਾਡੇ ਟੈਕਸ ਘਟਾਏ ਜਾਣ ਜੋ ਮੁਸ਼ਕਲਾਂ ਆਉਂਦੀਆਂ ਹਾਂਜੀ ਜਿਹੜੇ ਯੂਨੀਅਨ ਦੇ ਨਿਯਮ ਆ ਉਹਨਾਂ ਅਨੁਸਾਰ ਸਾਡੇ ਨਾਲ ਸਾਥ ਦਿੱਤਾ ਜਾਵੇ ਬਸ ਇਹੀ ਮੰਗ ਮੇਰਾ ਨਾਂ ਜੀ ਹਰਮਨ ਸ਼ਰਮਾ ਹਰਮਨ ਸ਼ਰਮਾ ਜੀ ਅੱਜ ਤੁਸੀਂ ਯੂਨੀਅਨ ਬਣਾਈ ਆ ਕੀ ਕਹਿਣਾ ਚਾਹੁੰਦੇ ਹੋ ਇਸ ਬਾਰੇ ਕਿ ਅਸੀਂ ਇਹ ਕਹਿਣਾ ਚਾਹੁੰਦੇ ਜੀ ਪਹਿਲਾਂ ਅਸੀਂ ਸਾਰੇ ਭਰਾਵਾਂ ਦਾ ਸਹਿਯੋਗ ਮੰਗਦੇ ਹਾਂ ਵੀ ਸਾਡੇ ਨਾਲ ਇਕੱਠ ਕਰਕੇ ਚੱਲਣ ਜੋ ਕਿ ਆਪਣਾ ਦਿਨੋਂ ਦਿਨ ਧੰਦਾ ਜੋ ਕਿ ਚੌਪਟ ਹੁੰਦਾ ਜਾਂਦਾ ਵਾ ਆਪਣੇ ਡੀਜ਼ਲਾਂ ਦੇ ਰੇਟ ਵਧੀ ਜਾਂਦੇ ਆ ਪਰਮਿਟਾਂ ਦਾ ਖਰਚਾ ਆਪਾਂ ਨੂੰ ਪਈ ਜਾਂਦਾ ਪਰ ਬਚਦਾ ਬਚਾਉਂਦਾ ਕੁਛ ਵੀ ਨਹੀਂ ਗਾ ਅਸੀਂ ਪਹਿਲਾਂ ਸਾਰੇ ਆਪਣੇ ਮੋਗੇ ਸ਼ਹਿਰ ਨੂੰ ਬੇਨਤੀ ਕਰਦੇ ਹਾਂ ਵੀ ਪਹਿਲਾਂ ਸਾਡੇ ਨਾਲ ਉਹ ਮੋਢੇ ਨਾਲ ਮੋਢਾ ਲਾ ਕੇ ਸਹਿਯੋਗ ਦੇਣ ਜੋ ਆਪਾਂ ਰੇਟਾਂ ਸੰਬੰਧੀ ਇਹ ਆਪਾਂ ਯੂਨੀਅਨ ਬਣਾਈ ਹੋਈ ਆ ਅਤੇ ਵੀ ਇਹਦੇ ਵਿੱਚ ਆਪਾਂ ਸਕਸੈਸਫੁਲ ਹੋਈਏ ਆਪਣੇ ਬੱਚਿਆਂ ਨੂੰ ਚੰਗਿਆਂ ਸਕੂਲਾਂ 'ਚ ਪੜ੍ਹਾ ਲਈਏ ਆਪਾਂ ਉਹਦੀਆਂ ਗੱਡੀਆਂ ਫਰੀ ਕਰਾ ਲਈਏ ਜੀ ਅਤੇ ਅੱਜ ਤੱਕ ਇੰਨਾ ਚਿਰ ਹੋ ਗਿਆ ਗੱਡੀਆਂ ਚਲਾਉਂਦਿਆਂ ਨੂੰ ਕਿਤੇ ਕੁਛ ਵੀ ਨਹੀਂ ਬਚਣ ਬਚਾਉਣ ਨੂੰ ਬਸ ਗੌਰਮੈਂਟ ਦੇ ਖਾਤੇ ਹੀ ਆਪਾਂ ਚਲਾਈ ਜਾਂਦੇ ਅਤੇ ਉਹਨਾਂ ਨੂੰ ਕਿਸ਼ਤਾਂ ਦੇ ਕੇ ਅੰਬੇ ਪਏ ਹਾਂ ਅਤੇ ਮੈਂ ਸਾਰੇ ਭਰਾਵਾਂ ਨੂੰ ਮੋਗੇਦਿਆਂ ਨੂੰ ਅਪੀਲ ਕਰਦਾ ਵਾਂ ਬਈ ਜੀ ਸਾਰੇ ਭਰਾ ਮੋਢੇ ਨਾਲ ਮੋਢਾ ਦੇ ਕੇ ਸਾਡਾ ਸਹਿਯੋਗ ਦੇਣ ਇਹ ਸਾਰਿਆਂ ਦੇ ਫਾਇਦੇ ਦੇ ਲਈ ਗੱਲ ਆ ਜੋ ਰੇਟ ਆਪਾਂ ਫਿਕਸ ਕੀਤੇ ਹੋਏ ਆ ਸਾਰਿਆਂ ਨੇ ਆਪਦੇ ਘਰੋਂ ਘਰ ਹੀ ਲੈ ਕੇ ਜਾਣੇ ਆ ਅਤੇ ਮੈਂ ਬੇਨਤੀ ਕਰੂੰਗਾ ਵੀ ਸਾਨੂੰ ਆਪਣਾ ਸਹਿਯੋਗ ਜ਼ਰੂਰ ਦੇਣ ਬਾਕੀ ਜੋ ਭਰਾ ਪਿਕ ਡਰੋਪ ਦਾ ਕੰਮ ਕਰਦੇ ਆ ਉਹਨਾਂ ਨੂੰ ਵੀ ਬੇਨਤੀ ਹੈ ਜੀ ਰੋਟੀ ਖਾਣ ਦਾ ਸਾਰਿਆਂ ਨੂੰ ਮੌਕਾ ਦਿੱਤਾ ਜਾਵੇ ਅਤੇ ਜੋ ਕੰਮ ਆਪਦਾ ਕਰਦੇ ਆ ਉਹਦਾ ਸਹੀ ਸੁਚੱਜੇ ਢੰਗ ਨਾਲ ਕਰਨ ਸਾਨੂੰ ਕਿਸੇ ਦੇ ਨਾਲ ਕੱਲ੍ਹ ਨੂੰ ਕੋਈ ਗਲਤ ਕੋਈ ਐਕਸ਼ਨ ਨਾ ਲੈਣਾ ਪਵੇ ਕਿਸੇ ਗੌਰਮੈਂਟ ਦਾ ਸਹਾਰਾ ਨਾ ਲੈਣਾ ਪਵੇ ਅਸੀਂ ਸਾਰੇ ਭਰਾਵਾਂ ਨੂੰ ਬੇਨਤੀ ਕਰਦੇ ਹਾਂ ਸਾਡੇ ਨਾਲ ਪਿਆਰ ਨਾਲ ਇਕੱਠ ਨਾਲ ਚੱਲਣ ਧੰਨਵਾਦ